ਨੁਸਖਾ ਚਸਕਾ ਔਰ ਪੀਟੀਏ ਨਿਊਜ਼ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਦਵਿੰਦਰ ਸਿੰਘ। ਅੱਜ ਅਸੀਂ ਪਹੁੰਚਿਆ ਸ਼੍ਰੀ ਹਰਗੋਬਿੰਦਪੁਰ ਵਿਖੇ, ਜਿੱਥੇ ਕਿਸਾਨਾਂ ਵੱਲੋਂ ਜੋ ਬਿਆਸ ਵਾਲੇ ਪੁਲ ਤੇ ਜੋ ਦਸੂਹਾ ਮਕੇਰੀਆਂ ਟਾਂਡੇ ਨੂੰ ਜਾਂਦੇ ਹੋਏ ਰੋਡ ਤੇ ਜੋ ਪੁਲ ਤੇ ਕਾਫੀ ਭਾਰੀ ਮਾਤਰਾ ਦੇ ਵਿੱਚ ਜੋ ਕਿਸਾਨਾਂ ਨੇ ਇਕੱਠਿਆਂ ਹੋ ਕੇ ਜੋ ਮੋਦੀ ਦੇ ਕਾਲੇ ਕਾਨੂੰਨਾਂ ਨੂੰ ਰੱਖਦਿਆਂ ਹੋਇਆ ਜੋ ਵੱਡੀ ਲੀਡ ਦੇ ਵਿੱਚ ਜੋ ਵੀ ਧਰਨੇ ਤੇ ਬੈਠੇ ਹਨ, ਚੱਕਾ ਜਾਮ ਕੀਤਾ, ਜਿਸ ਵਿੱਚ ਜੋ ਕਾਫੀ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਵੀ ਆ ਰਹੀਆਂ, ਜਿੱਥੇ ਜੋ ਕਿ ਕਿਤੇ ਕਿਸੇ ਨੇ ਵਿਆਹ ਜਾਣਾ, ਕਿਤੇ ਮਰਗ 'ਤੇ ਜਾਣਾ ਹੁੰਦਾ, ਜਿਸ ਕਰਕੇ ਕਾਫੀ ਪਰੇਸ਼ਾਨੀ ਆ ਰਹੀ, ਜਿਸ ਕਰਕੇ ਜੋ ਆਓ ਤੁਹਾਨੂੰ ਵਿਖਾਲਦੇ ਹਾਂ ਨਿਊਜ਼। ਸਾਰੇ ਜਾਣੇ ਗੱਜ ਕੇ ਆਖੇ ਜੀ ਵਾਹਿਗੁਰੂ ਜੀ ਕਾ ਖਾਲਸਾ। ਅਸੀਂ ਗੱਲ ਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਦੱਸਿਆ। ਟਾਈਮ ਨੇ ਉਹ ਜਿਹੜੀਆਂ ਲੈਟਰਾਂ ਵਾਲੇ ਡੱਬੇ ਆ ਉਹ ਸਾਡੇ ਤੋਂ ਬੈਰੀਗੇਟਿੰਗ ਕਰਕੇ ਅਲੱਗ ਕਰ ਦਿੱਤੇ ਆ, ਤੇ ਸਾਡਾ ਜਿਹੜਾ ਪਾਣੀ ਆ ਉਹ ਬੰਦ ਕਰ ਦਿੱਤਾ ਗਿਆ। ਮੈਂ ਇਹਨੂੰ ਕਹਿਣਾ ਚਾਹੁੰਦਾ ਵਾ ਕਿ ਸ਼ਰਮਿੰਦਾ ਹੋ ਕੇ ਇੱਥੇ ਬੈਠਾ ਵਾ, ਹੁਣ ਮੰਨ ਗਿਆ ਤੈਨੂੰ ਮੰਨਣਾ ਪੈਣਾ ਵਾ, ਤੇ ਇਹਦੀਆਂ ਫੋਰਸਾਂ ਹੀ ਉੱਥੇ ਆਪੇ ਪੈਸੇ ਇਕੱਠੇ ਕਰਕੇ ਤੇ ਸਾਨੂੰ ਉੱਥੇ ਪਾਣੀ ਦੀਆਂ ਬੋਤਲਾਂ ਜਿਹੜਾ ਪਾਣੀ ਮੁਹੱਈਆ ਕਰਵਾ ਰਹੇ ਆ। ਇਹਦੇ ਵਾਸਤੇ ਇਹਨੂੰ ਇਹਦੀ ਜਿਹੜੀ ਆ ਬੀਤੀ ਹੋਈ ਆ ਉੱਥੇ ਜੋ ਸ੍ਰੀ ਦਮਦਮਾ ਸਾਹਿਬ ਤੇ ਇਹਨਾਂ ਦੇ ਬਾਅਦ ਬਾਬਾ ਸੇਵਨ ਜੀ। ਮੈਂ ਹਰਵਿੰਦਰ ਸਿੰਘ ਖਜਾਲਾ, ਜੋਨ ਬਾਬਾ ਰਾਮ ਸਮਾ ਸਾਹਿਬ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਅੱਜ ਜੋ ਸਮੂਹ ਭਾਰਤ ਦੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਵੱਲੋਂ ਸਮੁੱਚਾ ਐਲਾਨ ਕੀਤਾ ਗਿਆ ਸੀ 6 ਤਰੀਕ ਨੂੰ 12 ਤੋਂ 3 ਵਜੇ ਤੱਕ ਚੱਕਾ ਜਾਮ ਕੀਤਾ ਜਾਊਗਾ, ਉੱਤੇ ਪਹਿਰਾ ਦਿੰਦੇ ਹੋਏ ਅੱਜ ਅਸੀਂ ਮਾਝੇ ਦੇ ਦੁਆਬੇ ਨੂੰ ਜਿਹੜਾ ਬਿਆਸ ਦਰਿਆ ਦਾ ਪੁਲ ਆ ਉਹਨੂੰ ਜੋੜਦਾ ਉਹਦੇ ਉੱਪਰ 3 ਘੰਟੇ ਦਾ ਅਸੀਂ ਰੋਸ ਮੁਜ਼ਾਹਰਾ ਕਰਾਂਗੇ। ਪਬਲਿਕ ਨੂੰ ਤੰਗ ਕਰਨ ਦਾ ਕੋਈ ਸਾਡਾ ਉਦੇਸ਼ ਨਹੀਂ, ਮਨੋਰਥ ਨਹੀਂ। ਅਸੀਂ ਬਹੁਤ ਦੁਖੀ ਹਾਂ, ਪਰੇਸ਼ਾਨ ਹਾਂ। ਸਾਡੇ ਭਰਾਵਾਂ 'ਤੇ ਕੇਂਦਰ ਸਰਕਾਰ ਵੱਲੋਂ ਨਾਜਾਇਜ਼ ਪਰਚੇ ਕੀਤੇ ਗਏ ਆ, ਜੇਲ੍ਹਾਂ ਵਿੱਚ ਬੰਦ ਆ, ਕਈ ਸਾਡੇ ਵੀਰ ਲਾਪਤਾ ਵਾ। NIA ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਆ, ਅਲੱਗ ਅਲੱਗ ਹੱਥਕੰਡੇ ਅਪਣਾਏ ਜਾ ਰਹੇ ਆ ਕੇਂਦਰ ਵੱਲੋਂ, ਕਿਸੇ ਨਾ ਕਿਸੇ ਤਰੀਕੇ ਤਰ੍ਹਾਂ ਲੋਕਾਂ ਨੂੰ ਡਰਾਇਆ ਜਾ ਸਕੇ। ਕੇਂਦਰ ਸਰਕਾਰ ਇਹਨੂੰ ਬੰਦ ਕਰੇ। ਦੂਸਰਾ, ਜਥੇਬੰਦੀਆਂ 'ਚ ਕੋਈ ਫੁੱਟ ਨਹੀਂ। ਸਾਂਝੇ ਮੋਰਚੇ ਦਾ ਉਲੀਕਿਆ ਪ੍ਰੋਗਰਾਮ, ਚਾਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ, ਚਾਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ, ਜਾਂ ਭਾਰਤੀ ਕਿਸਾਨ ਯੂਨੀਅਨ ਜਿਹੜੀ ਚਡੂਨੀ ਤੋਂ ਆ, ਜਿੰਨੀਆਂ ਵੀ ਜਥੇਬੰਦੀਆਂ ਸਾਰੇ ਜਿਹੜੇ ਹੁਕਮ ਲੱਗਦੇ ਆ, ਜੋ ਐਲਾਨ ਹੁੰਦੇ ਆ ਉਹਨੂੰ ਠੋਕ ਵਜਾ ਕੇ ਪੂਰਾ ਕਰ ਰਹੀਆਂ। ਇਹ ਵੀ ਸਰਕਾਰ ਨੂੰ ਸਿੱਧਾ ਮੈਸੇਜ ਦਿੰਦੇ ਹਾਂ ਵੀ ਜਥੇਬੰਦੀਆਂ ਸਾਡੀ ਕੋਈ ਫੁੱਟ ਨਹੀਂ, ਸਾਂਝਾ ਪ੍ਰੋਗਰਾਮ ਉਲੀਕ ਕੇ ਤੁਰ ਰਹੇ ਹਾਂ। ਉਦੇਸ਼ ਇਹ ਕੀ ਆ, 3 ਕਾਲੇ ਇਹ ਜੋ 3 ਕਾਨੂੰਨ ਤਾਨਾਸ਼ਾਹੀ ਵਾਲੇ ਮੋਦੀ ਸਾਹਿਬ ਲੋਕਾਂ 'ਤੇ ਜ਼ਬਰਦਸਤੀ ਥੋਪੇ ਜਾ ਰਹੇ ਆ ਜੀ, ਉਹਨਾਂ ਦੇ ਰੋਸ ਵਜੋਂ, ਅਤੇ ਬਾਕੀ ਜਿਹੜੀ ਧੱਕੇਸ਼ਾਹੀ ਹੋ ਰਹੀ ਆ, ਸਾਡੇ ਕੁਝ ਨੌਜਵਾਨ ਤਕਰੀਬਨ 25 ਦੇ ਕਰੀਬ ਨੌਜਵਾਨ ਲਾਪਤਾ ਨੇ, ਬਾਕੀ 100 ਤੋਂ ਉੱਪਰ ਇਹਨਾਂ ਕੇਸ ਦਰਜ ਕਰ ਰੱਖੇ ਆ। ਉਸੇ ਸੰਬੰਧ ਵਿੱਚ ਅਸੀਂ ਰੋਸ ਮੁਜ਼ਾਹਰਾ ਕਰ ਰਹੇ ਹਾਂ ਜੀ, ਬਾਬੇ ਮਨ ਸਾਹਿਬ ਦੇ ਲਾਗੇ ਅਸੀਂ ਆਪਣਾ ਰੋਸ ਮੁਜ਼ਾਹਰਾ ਕਰ ਰਹੇ ਹਾਂ, ਰੋਡ ਬਲਾਕ ਕਰ ਰਹੇ ਹਾਂ। ਬਾਕੀ ਇਹਦੇ ਵਿੱਚ ਕਿਸੇ ਐਂਬੂਲੈਂਸ ਨੂੰ ਜਾਂ ਸਕੂਲ ਦੀਆਂ ਬੱਸਾਂ ਨੂੰ ਕਿਸੇ ਨੂੰ ਤੰਗ ਨਹੀਂ ਕੀਤਾ ਜਾਊਗਾ, ਬੜੀ ਸ਼ਾਂਤਮਈ ਮਾਹੌਲ ਦੇ ਨਾਲ ਇਹ ਕੰਮ ਚੱਲੂਗਾ। ਬਾਕੀ ਬੇਨਤੀ ਆ ਵੀ ਅਸੀਂ ਰਾਤ ਹੀ ਦਿੱਲੀ ਤੋਂ ਆ ਰਹੇ ਹਾਂ, ਉੱਥੇ ਜੋ ਇਹਨਾਂ ਨੇ ਪਾਕਿਸਤਾਨ ਹਿੰਦੁਸਤਾਨ ਵਾਂਗ ਉੱਥੇ ਬੈਰੀਕੇਡ ਲਾ ਰੱਖੇ ਆ, ਬਹੁਤ ਜ਼ਿਆਦਾ ਸ਼ਰਮ ਵਾਲੀ ਗੱਲ ਆ ਗੌਰਮੈਂਟ ਵਾਸਤੇ, ਕਿਉਂਕਿ ਇੱਕ ਆਮ ਆਦਮੀ ਪਬਲਿਕ ਦੀ ਪ੍ਰਾਪਰਟੀ ਦਾ ਨੁਕਸਾਨ ਕਰਦਾ, ਉਹਦੇ ਉੱਪਰ ਕੇਸ ਦਰਜ ਹੁੰਦੇ ਆ, ਅਤੇ ਇਹ ਜੋ ਖੁਦ ਹੀ ਸਰਕਾਰ ਇਹ ਕੰਮ ਕਰ ਰਹੀ ਆ, ਉਸ ਦਾ ਕੌਣ ਜ਼ਿੰਮੇਵਾਰ ਆ। ਬਾਕੀ ਲੋਕਾਂ ਨੂੰ ਨਾ ਪਰੇਸ਼ਾਨ ਕੀਤਾ ਜਾਵੇ, ਬਾਕੀ ਜੋ ਨਰੇਲਾ ਤੋਂ ਦਿੱਲੀ ਸਾਈਡ ਜਾਣ ਵਾਲੀ ਸੰਗਤ ਆ ਜਾਂ ਹੋਰ ਲੋਕ ਆਮ ਲੋਕ ਆ, ਉਹਨਾਂ ਨੂੰ ਵੀ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ। ਇਸ ਦਾ ਸਿੱਧਾ ਸਿੱਧਾ ਮਤਲਬ ਇਹ ਆ ਕਿ ਲੋਕ ਆਮ ਸਿਵਲ ਲੋਕ ਜੋ ਜਨਤਾ ਹੈ ਉਹ ਕਿਸਾਨਾਂ ਦੇ ਪ੍ਰਤੀ ਨਫ਼ਰਤ ਫੈਲਾਉਣ ਵਾਲੀ ਗੱਲ ਹੋ ਰਹੀ ਆ। ਸੋ ਕਿਰਪਾ ਕਰਕੇ ਇਹੋ ਜਿਹੇ ਢੰਗ ਤਰੀਕੇ ਨਾ ਵਰਤੇ ਜਾਣ, ਲੋਕ ਜਾਗਰੂਕ ਹੋ ਚੁੱਕੇ ਆ, ਅਤੇ ਇਹ ਗੱਲ ਲਗਾਤਾਰ ਇਹੀ ਸਾਰੇ ਇਹੋ ਹੀ ਬਿਆਨ ਕਰ ਰਹੇ, ਬੇਨਤੀ ਕਰ ਰਹੇ ਹਾਂ ਵੀ 1-3 ਕਾਨੂੰਨ ਵਾਪਸ ਲਓ, ਨਹੀਂ ਤਾਂ ਫਿਰ ਸੰਘਰਸ਼ 'ਤੇ ਚੱਲਦੇ ਰਹਿਣੇ ਆ ਅਤੇ ਚੱਲਦੇ ਰਹਿਣਗੇ।